ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਬਹੁਤ ਹੀ ਸੌਖਾ ਅਤੇ ਸੋਹਣਾ ਡਿਜ਼ਾਇਨ ਲੈ ਕੇ ਆਏ ਹਾਂ। ਪੰਜ ਪੰਜ ਕੁੰਡਿਆਂ ਦਾ ਡਿਜ਼ਾਇਨ ਹੈ ਅਤੇ ਇਹ ਬਿਲਕੁਲ ਸੌਖਾ ਡਿਜ਼ਾਇਨ ਆ, ਜੈਕਟ ਲਈ ਸਪੈਸ਼ਲ ਹੈ। ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਹਾਂ। ਪਹਿਲਾਂ ਕੋਈ ਵੀ ਬਾਰਡਰ ਬਣਾ ਲਓ, ਉਸ ਤੋਂ ਬਾਅਦ ਇੱਕ ਸਿਲਾਈ ਆਪਾਂ ਸਿੱਧੀ ਕੱਟ ਲਓ। ਇਹ ਇੱਕ ਸਿਲਾਈ ਆਪਾਂ ਦੁਬਾਰਾ ਰਿਪੀਟ ਨਹੀਂ ਕਰਨੀ ਹੈਗੀ, ਸਿਰਫ ਇੱਕ ਬਾਰਡਰ ਤੋਂ ਬਾਅਦ ਇੱਕ ਵਾਰ ਸਿੱਧੀ ਬੁਣਨੀ ਹੈ। ਪਹਿਲਾਂ ਕੁੰਡਾ ਬਿਨਾਂ ਬੁਣੇ ਉਤਾਰਾਂਗੇ, ਉਸ ਤੋਂ ਬਾਅਦ ਆਪਣਾ ਆਪਣੀ ਸਾਈਡ ਤਾਗਾ ਲਾ ਆਵਾਂਗੇ। ਇਹ ਬਿਨਾਂ ਕੁੰਡੇ ਦੀ ਆਪਣੇ ਗਿਣਤੀ ਤੋਂ ਬਿਨਾਂ ਗਾ, ਐਕਸਟਰਾ ਕੁੰਡਾ ਇੱਕ ਦੋ ਇਸ ਤਰ੍ਹਾਂ ਵਲ ਪਾ ਕੇ ਆਪਾਂ ਤਿੰਨ ਪੰਜ ਕੁੰਡੇ ਬੁਣਾਂਗੇ। ਚਾਰ ਪੰਜ, ਪੰਜ ਕੁੰਡੇ ਬੁਣ ਲਏ, ਤਾਗਾ ਬੈਕ ਸਾਈਡ ਲੈ ਗਏ। ਹੁਣ ਪੰਜ ਆਪਾਂ ਸਿੱਧੇ ਬੁਣਾਂਗੇ, ਇੱਕ ਦੋ ਤਿੰਨ ਚਾਰ ਪੰਜ, ਫਿਰ ਆਪਣੀ ਸਾਈਡ ਵਲ ਪਾਇਆ ਦੋ ਅਤੇ ਇਹਨੂੰ ਫਿਰ ਉਲਟੇ ਬੁਣ ਕੇ ਪੰਜ ਕੁੰਡੇ ਫਿਰ ਬੁਣਾਂਗੇ। ਤਿੰਨ ਚਾਰ ਪੰਜ ਅਤੇ ਲਾਸਟ ਵਾਲ ਨੂੰ ਆਪਾਂ ਕਿਵੇਂ ਮਰਜ਼ੀ ਬਣਾ ਲਓ। ਦੋ ਕੁੰਡੇ ਆਪਾਂ ਐਕਸਟਰਾ ਰੱਖਿਆ, ਇੱਕ ਸਿੱਧੀ ਆਪਣੀ ਸ਼ੁਰੂ ਵਾਲੀ ਸਾਈਡ, ਇੱਕ ਜਦੋਂ ਆਪਾਂ ਮੁੱਕਦਾ। ਹੁਣ ਆਪਾਂ ਕੀ ਕਰਨਾ, ਇਹਨੂੰ ਪਹਿਲਾਂ ਕੁੰਡਾ ਬਿਨਾਂ ਬੁਣੇ ਉਤਾਰਾਂਗੇ। ਇਹ ਕੁੰਡਿਆਂ ਨੂੰ ਵੀ ਇਸ ਤਰ੍ਹਾਂ ਦੇੜ ਕੇ ਇਸ ਤਰ੍ਹਾਂ ਬਿਨਾਂ ਬੁਣੇ ਹੀ ਛੱਡਾਂਗੇ। ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਢਿੱਲਾ ਤਾਗੇ ਨੂੰ ਰੱਖਾਂਗੇ, ਇਸ ਤਰ੍ਹਾਂ ਇਹ ਆਪਣਾ ਬਣ ਜੂਗਾ। ਜਿਹੜੇ ਫਿਰ ਆਪਾਂ ਸਿੱਧੇ ਬੁਣੇ ਸੀ ਉੱਧਰ, ਇਹਨਾਂ ਨੂੰ ਉੱਧਰ ਉਲਟੇ ਬਣਾਵਾਂਗੇ। ਇਹਨਾਂ ਨੂੰ ਫਿਰ ਆਪਾਂ ਇਸ ਤਰ੍ਹਾਂ ਬਲ ਦੇਣਾਂਗੇ, ਬਲ ਦੇੜ ਕੇ ਅਤੇ ਇਹਨੂੰ ਲਾਸਟ ਵਾਲੇ ਨੂੰ ਇਸ ਤਰ੍ਹਾਂ ਹੀ ਬਣਾ ਲਾਂਗੇ। ਹੁਣ ਆਪਾਂ ਫਿਰ ਆ ਗਏ ਸਿੱਧੀ ਸਾਈਡ। ਹੁਣ ਆਪਾਂ ਨੇ ਕੀ ਕਰਨਾ, ਇਹਨੂੰ ਬਿਨਾਂ ਬੁਣੇ ਉਤਾਰਿਆ। ਜਿਹੜੇ ਪੰਜ ਕੁੰਡੇ ਆ, ਇਹਨਾਂ ਪੰਜ ਕੁੰਡਿਆਂ ਤੋਂ ਇਸ ਤਰ੍ਹਾਂ ਪੰਜ ਦੇ ਆਪਾਂ ਪੰਜ ਕੁੰਡੇ ਬਣਾਵਾਂਗੇ। ਇਹਨੂੰ ਬਿਨਾਂ ਬੁਣੇ ਉਤਾਰਿਆ ਇਸ ਤਰ੍ਹਾਂ, ਇੱਕ ਸਿਲਾਈ 'ਤੇ ਵਲ ਪਾਇਆ, ਦੁਬਾਰੇ ਫਿਰ ਬੁਣਿਆ, ਇਸ ਤਰ੍ਹਾਂ ਇਹ ਆਪਣੇ ਤਿੰਨ ਕੁੰਡੇ ਹੋ ਗਏ। ਫਿਰ ਵਲ ਪਾਇਆ ਚਾਰ, ਇੱਕ ਵਾਰ ਫਿਰ ਬੁਣ ਲਾਂਗੇ ਪੰਜ, ਪੰਜ ਦੇ ਇਹ ਆਪਣੇ ਪੰਜ ਕੁੰਡੇ ਹੋ ਜਾਣਗੇ। ਜਿਹੜੇ ਸਿੱਧੇ ਨੇ ਇਹਨਾਂ ਨੂੰ ਇਸ ਤਰ੍ਹਾਂ ਹੀ ਸਿੱਧੇ ਬਣਾ ਲਾਂਗੇ, ਪੰਜਾਂ ਨੂੰ ਸਿੱਧੇ ਬਣਾਵਾਂਗੇ। ਇਹਨਾਂ ਨੂੰ ਉਸ ਤਰ੍ਹਾਂ ਫਿਰ ਦੁਬਾਰਾ ਪੰਜ ਦੇ ਆਪਾਂ ਪੰਜ ਕੁੰਡੇ ਬਣਾਵਾਂਗੇ, ਇੱਕ ਵਲ ਪਾਇਆ ਇਸ ਤਿੰਨ, ਫਿਰ ਵਲ ਪਾਇਆ ਪੰਜ, ਇੱਕ ਫਿਰ ਸਿੱਧਾ ਲਾਸਟ। ਹੁਣ ਫਿਰ ਆਪਾਂ ਆ ਗਏ ਬੈਕ ਸਾਈਡ, ਬੈਕ ਸਾਈਡ ਇਹਨੂੰ ਇਹ ਸਾਰਿਆਂ ਨੂੰ ਆਪਾਂ ਉਲਟੀ ਬੁਣਾਂਗੇ। ਇਹ ਜਿਹੜੇ ਪੰਜ ਪੰਜ ਕਰੇ ਆਪਾਂ ਇਹਨਾਂ ਨੂੰ ਇਕੱਲਾ ਇਕੱਲਾ ਕੁੰਡਾ ਕਰਕੇ ਬੁਣਾਂਗੇ ਇਸ ਤਰ੍ਹਾਂ, ਇੱਕ ਇੱਕ ਕੁੰਡਾ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਬੁਣ ਲਾਂਗੇ। ਜੇਕਰ ਸਾਡੇ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਅਤੇ ਸੌਖੇ ਸੌਖੇ ਡਿਜ਼ਾਇਨ ਵੇਖਣ ਲਈ। ਇਹੀ ਚਾਰ ਸਿਲਾਈਆਂ ਦਾ ਡਿਜ਼ਾਇਨ ਹੈ, ਚਾਰ ਸਿਲਾਈਆਂ ਹੀ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ, ਬਸ ਇਹਦੀ ਜਗ੍ਹਾ ਚੇਂਜ ਕਰਨੀ ਆ। ਉਹ ਤੁਹਾਨੂੰ ਦੱਸ ਦਿਆਂ ਆਪਾਂ, ਹੁਣ ਆਪਾਂ ਇਹ ਦੋ ਬਣਾਏ ਨੇ, ਇੱਕ ਉਰੇ ਬਣਾਤਾ ਇੱਕ ਉਰੇ ਬਣਾਤਾ। ਹੁਣ ਆਪਾਂ ਨੇ ਕੀ ਕਰਨਾ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰਾਂਗੇ। ਜਿਹੜੇ ਕੁੰਡੇ ਪੰਜ 'ਤੇ ਪਹਿਲਾਂ ਆਪਾਂ ਡਿਜ਼ਾਇਨ ਬਣਾਇਆ ਸੀ, ਹੁਣ ਪੰਜ ਨੂੰ ਸਿੱਧਾ ਬੁਣਾਂਗੇ। ਦੋ ਤਿੰਨ ਚਾਰ ਪੰਜ, ਪੰਜ ਨੂੰ ਸਿੱਧਾ ਬਣਾ ਲਿਆ ਆਪਣੀ ਸਾਈਡ। ਜਿਹੜੇ ਪਹਿਲਾਂ ਆਪਾਂ ਪੰਜ ਸਿੱਧੇ ਬੁਣੇ ਸੀ, ਹੁਣ ਉਹਨਾਂ 'ਤੇ ਡਿਜ਼ਾਇਨ ਪਾਵਾਂਗੇ। ਇੱਕ ਵਲ ਪਾ ਕੇ ਦੋ,
ਤਿੰਨ ਚਾਰ ਪੰਜ, ਫਿਰ ਧਾਗਾ ਬੈਕ ਸਾਈਡ, ਇਹਨਾਂ ਨੂੰ ਫਿਰ ਸਿੱਧੇ ਬੁਣਾਂਗੇ। ਬਣਾਉਣਾ ਬਸ ਇਸ ਤਰ੍ਹਾਂ ਹੀ ਹੈ ਜਿਵੇਂ ਆਪਾਂ ਨੇ ਇਹ ਬਣਾਇਆ ਸੀ, ਇਹੀ ਚਾਰ ਸਲਾਈਆਂ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ। ਇੱਕ ਵਾਰ ਇੱਥੇ ਵੱਧ ਕੇ ਆ ਜਾਂਦਾ, ਇੱਕ ਵਾਰ ਫਿਰ ਇੱਥੇ ਘੱਟ ਕੇ ਆ ਜਾਇਆ ਕਰਨਗੇ। ਜਿੰਨੇ ਵੀ ਤੁਸੀਂ ਕੁੰਡੇ ਰੱਖਣੇ ਉਸ ਦੇ ਹਿਸਾਬ ਨਾਲ ਇਹਨਾਂ ਨੂੰ ਡਿਵਾਈਡ ਕਰ ਲਿਓ। ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ। ਸਾਡੀ ਵੀਡੀਓ ਵੇਖਣ ਲਈ, ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ।